ਖੇਤਰ ਵਿੱਚ ਚੋਣ ਪ੍ਰਚਾਰ ਜ਼ੋਰਾਂ ਤੇ ਹੈ। ਸਾਰੀਆਂ ਪਾਰਟੀਆਂ ਦੇ ਬੜੇ ਨੇਤਾ ਚੋਣ ਪ੍ਰਚਾਰ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਹੁਣ ਭਾਜਪਾ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਅਤੇ ਸਾਬਕਾ ਕੈਬਨਿਟ ਮੰਤਰੀ ਤਿਕਸ਼ਣ ਸੂਦ ਉਹਨਾਂ ਦੇ ਨਾਲ ਜਲੰਧਰ ਤੋਂ ਸਾਬਕਾ ਵਿਧਾਇਕ ਚੋਣ ਪ੍ਰਚਾਰ ਦੇ ਲਈ ਚੱਬੇਵਾਲ ਦੇ ਕੰਡੀ ਖੇਤਰ ਦੇ ਪਿੰਡਾਂ ਦੇ ਵਿੱਚ ਪਹੁੰਚੇ ਅਤੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ 10 ਸਾਲਾਂ ਤੋਂ ਡਾਕਟਰ ਰਾਜ ਕੁਮਾਰ ਚੱਬੇਵਾਲ ਵਿਧਾਇਕ ਰਹੇ ਹਨ। ਕਾਂਗਰਸ ਦੇ ਵੇਲੇ 19 ਕਰੋੜ ਅਤੇ ਆਪ ਸਰਕਾਰ ਦੇ ਵਿੱਚ ਸ਼ਾਮਲ ਹੋ ਕੇ 70 ਕਰੋੜ ਰੁਪਏ ਵਿਕਾਸ ਕਾਰਜਾਂ ਦੇ ਲਈ ਇਲਾਕੇ ਦੇ ਵਿੱਚ ਆਏ ਹਨ, ਪਰ ਕਿਤੇ ਵੀ ਵਿਧਾਨ ਸਭਾ ਹਲਕੇ ਦੇ ਵਿੱਚ ਉਹ ਲੱਗੇ ਹੋਏ ਦਿਖਾਈ ਨਹੀਂ ਦੇ ਰਹੇ। ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਿੱਚ ਜਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਪੂਰੀ ਤਰ੍ਹਾਂ ਨਾਲ ਜਿਹੜਾ ਰਾਜਨੀਤਿਕ ਰੰਗ ਫੜਿਆ ਹੋਇਆ ਸੀ। ਗੱਲਬਾਤ ਕਰ ਰਹੇ ਹਾਂ ਬੀਜੇਪੀ ਦੇ ਜਿਹੜੇ ਸਾਬਕਾ ਮੰਤਰੀ ਨੇ ਉਹ ਵੀ ਇੱਥੇ ਮੌਜੂਦ ਨੇ, ਔਰ ਸਾਬਕਾ ਕੈਬਨਿਟ ਮੰਤਰੀ ਜਿਹੜੇ ਇੱਥੇ ਦੇ ਉਮੀਦਵਾਰ ਨੇ ਭਾਜਪਾ ਦੇ ਉਹ ਵੀ ਠੰਡਲ ਸਾਹਿਬ ਮੌਜੂਦ ਨੇ। ਗੱਲਬਾਤ ਕਰਦੇ ਹਾਂ ਠੰਡਲ ਸਾਹਿਬ, ਭਾਰੀ ਸੰਖਿਆ ਦੇ ਵਿੱਚ ਜਿਹੜੇ ਤੁਹਾਨੂੰ ਸਮਰਥਨ ਮਿਲ ਰਿਹਾ ਇੱਥੇ ਇਸ ਵੇਲੇ ਮੌਜੂਦ, ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ? ਦੇਖੋ, ਤੁਹਾਡੇ ਕੈਮਰੇ ਨੇ ਸਾਰਾ ਮਾਹੌਲ ਦੇਖ ਲਿਆ, ਲੋਕਾਂ ਦੇ ਵਿਚਾਰ ਵੀ ਸੁਣੇ ਆ, ਭਾਈਆਂ ਜੀ ਦੇ ਵਿਚਾਰ ਵੀ ਸੁਣੇ ਆ। ਅਸਲ ਇਹ ਹੈ ਕਿ ਅੱਜ ਜਿਹੜੀ ਸਰਕਾਰ ਵਾ ਇਹ ਫੇਲ ਸਰਕਾਰ ਵਾ, ਲੋਕਾਂ ਦੇ ਦਰਦ ਨੂੰ ਸਮਝ ਨਹੀਂ ਸਕੀ, ਕੀਤੇ ਹੋਏ ਵਾਅਦੇ ਭੁੱਲ ਗਈ, ਸਿਰਫ ਆਪਣੀ ਮੌਜ ਮਸਤੀ ਨਾਲ ਢੰਗ ਪਾ ਰਹੀ ਆ। ਨੋ ਡਾਊਟ ਕਿ ਇਹ ਜਿਹੜੀ ਇਲੈਕਸ਼ਨ ਵਾ ਸਰਕਾਰ ਨਹੀਂ ਬਦਲਣੀ, ਪਰ ਸਾਡਾ ਮਿਸ਼ਨ ਆ ਕਿ ਰਹਿੰਦਾ ਜਿਹੜਾ ਟਾਈਮ ਆ ਉਹਦੇ ਵਿੱਚ ਸਰਕਾਰ ਨੂੰ ਜਗਾਜੇ, ਇਹਨੂੰ ਯਾਦ ਕਰਾਈਏ ਜਿਹੜੇ ਲੋਕਾਂ ਦੇ ਕੰਮ ਕਰ ਕੀਤੇ ਆ, ਤਾਂ ਕਿ ਲੋਕਾਂ ਦਾ ਜਿਹੜਾ ਕੁਛ ਆਧਾਰ ਹੋ ਸਕੇ। ਅੱਜ ਹਰ ਵਰਗ ਦੁਖੀ ਆ, ਪੰਜਾਬ ਦੀ ਇਕੋਨਮੀ ਕਿਸਾਨ ਆ, ਜੇ ਸਾਡਾ ਕਿਸਾਨ ਰੁੜ ਰਿਹਾ ਤੇ ਭਗਵੰਤ ਮਾਨ ਨੂੰ ਪਤਾ ਨਹੀਂ ਪੈਸਾ ਕਿੱਥੋਂ ਆਉਣਾ। 80,000 ਕਰੋੜ ਸਾਲ ਦਾ ਹਿੰਦੁਸਤਾਨ ਦੀ ਗੌਰਮੈਂਟ ਪੈਸਾ ਭੇਜਦੀ ਆ ਝੋਨੇ ਦਾ, ਕਣਕ ਦਾ। ਜੇ ਝੋਨਾ ਨਾ ਵਿਕਿਆ, ਜ਼ਿਮੀਦਾਰ ਝੋਨਾ ਬੀਜਣ ਤੋਂ ਪਿੱਛੇ ਚਲੇ ਗਿਆ, ਕਣਕ ਨਾ ਹੋਈ, 80,000 ਕਰੋੜ ਜਿਹੜੀ ਸਾਡੀ ਸਰਕਲ ਆਫ ਮਨੀ ਆ ਪੰਜਾਬ ਦੀ, ਉਹ ਬੰਦ ਹੋ ਜਾਊਗੀ, ਸਾਡਾ ਪੰਜਾਬ ਰੇਗਿਸਤਾਨ ਬਣ ਜਾਊ। ਉਸ ਕਰਕੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਾਰਟੀਆਂ ਜਿਹੜੀਆਂ ਭਗਵੰਤ ਮਾਨ ਦਾ ਪੰਜਵਾਂ ਗੇੜਾ ਚੱਬੇਵਾਲ ਦਾ, ਕੀ ਭੀੜ ਪੈ ਗਈ ਜੋ ਹੈ, ਕੀ ਗੱਲ ਵਾ? ਅੱਜ ਲੋਕ ਇਸੇ ਗੱਲ ਨੂੰ ਪੁੱਛ ਕੇ ਲੋ ਫਾਇਦਾ ਤਾਂ ਕੀ ਕਰਨਾ ਸੀ, ਮੈਨੂੰ ਸਵੇਰ ਦੇ ਕਈ ਟੈਲੀਫੋਨ ਆ ਰਿਹਾ ਟੰਡਲ, ਤੇਤੋਂ ਤਾਂ ਹੁਣ ਭਗਵੰਤ ਮਾਨ ਵੀ ਡਰਦਾ ਬਾਰ ਬਾਰ ਆਉਂਦਾ, ਮੈਂ ਤੁਹਾਨੂੰ ਜਾ ਕੇ ਪੁੱਛ ਲਓ ਕਾਹਤੇ ਆਉਂਦਾ। ਸੋ ਇਹ ਸਰਕਾਰਾਂ ਦੀਆਂ ਜਿਹੜੀਆਂ ਆਪਾਂ ਲੋਕਾਂ ਨਾਲ ਵਾਅਦੇ ਕਰਦੇ ਹਾਂ, ਲੋਕਾਂ 'ਚ ਜਾਂਦੇ ਹਾਂ, ਵਿਚਰਦੇ ਹਾਂ, ਆਪਣੇ ਸੂਬੇ ਦੀ ਤਰੱਕੀ ਸਾਡਾ ਮੁੱਢਲਾ ਫਰਜ਼ ਹੁੰਦਾ, ਲਾ ਐਂਡ ਆਰਡਰ ਸਾਡਾ ਸਭ ਤੋਂ ਵੱਡੀ ਮਜਬੂਰੀ। ਅੱਜ ਨਾ ਸਾਡਾ ਸੂਬਾ ਤਰੱਕੀ 'ਤੇ ਆ, ਨਾ ਲਾ ਐਂਡ ਆਰਡਰ ਦੀ ਕੋਈ ਗੱਲ ਵਾ, ਨਾ ਸਾਡਾ ਕੋਈ ਮੁਲਾਜ਼ਮ ਸੁਖੀ ਆ, ਨਾ ਸਾਡਾ ਕਿਸਾਨ ਸੁਖੀ ਆ। ਜਿੱਥੇ ਜਾਂਦੇ ਮਤਾਵਾਂ ਸਾਨੂੰ ਕੋਸਦੀਆਂ ਕਿ ਸਾਡੇ ਕਾਲ ਕੱਟ ਹੋ ਗਿਆ, ਸਾਡੇ ਪੈਨਸ਼ਨ ਨਹੀਂ ਆ ਰਹੀ, ਸਾਡੇ ਸ਼ਗਨ ਸਕੀਮ ਨਹੀਂ ਆ ਰਿਹਾ, ਸਾਡੀਆਂ ਬੱਚੀਆਂ ਦੀਆਂ ਸਹੂਲਤਾਂ ਬੰਦ ਹੋ ਗਈਆਂ, ਅਤੇ ਜੇ ਸਭ ਕੁਝ ਬੰਦ ਕਰ ਦੇਣਾ ਫਿਰ ਸਰਕਾਰ ਕਿਉਂ ਨਹੀਂ ਬੰਦ ਹੋ ਜਾਂਦੀ? ਇਹ ਛੱਡ ਕੇ ਭੱਜ ਜਾਣ, ਪੰਜਾਬ ਦੇ ਲੋਕ ਹੋਰ ਬੈਠੇ ਆ ਸਰਕਾਰਾਂ ਚਲਾਉਣ ਵਾਸਤੇ। ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਸਾਡਾ ਜਿਹੜਾ ਆ ਪਾਰਟੀ ਦਾ ਇੱਕ ਉਦੇਸ਼ ਆ, ਸਾਰੇ ਸੂਬੇ ਤਰੱਕੀ ਕਰ ਰਹੇ ਆ ਜਿੱਥੇ ਸੈਂਟਰ ਦੇ ਨਾਲ ਜਿਹਨਾਂ ਦੀ ਸਾਂਝ ਵਾ, ਸਾਡਾ ਸੂਬਾ ਇਸ ਕਰਕੇ ਵੀ ਤਰੱਕੀ ਕਰ ਰਿਹਾ ਕਿ ਜੇ ਕੋਈ ਸੈਂਟਰ ਦੀ ਸਕੀਮ ਆਉਂਦੀ ਆ ਇਹ ਜਾਂਦੇ ਨਹੀਂ। ਉਹ ਕਿਹੜਾ ਮੁੱਖ ਮੰਤਰੀ ਆ ਜਿਹੜਾ ਪਲੈਨਿੰਗ ਬੋਰਡ ਦੀ ਮੀਟਿੰਗ ਵਿੱਚ ਨਾ ਜਾਵੇ ਦਿੱਲੀ, ਆਪਣਾ ਲੈ ਕੇ ਉੱਥੇ ਕਿ ਮੈਂ ਜੀ ਪੰਜਾਬ 'ਚ ਆ ਮੈਂ ਕਰਨਾ, ਮੈਨੂੰ ਇੰਨੇ ਫੰਡ ਚਾਹੀਦੇ ਆ ਕਰਨਾ, ਇਹ ਕਿਉਂ ਨਾ ਜਾਵੇ ਪੰਜਾਬ ਦਾ ਮੁੱਖ ਮੰਤਰੀ? ਜੇ ਉੱਥੇ ਵੀ ਨਹੀਂ ਜਾਣਾ ਤਾਂ ਫਿਰ ਕੁਰਸੀ ਛੱਡੇ, ਲਾਂਭੇ ਹੋਵੇ, ਜਾਂ ਲਾ ਐਂਡ ਆਰਡਰ ਦੀ ਪੀਛੇ ਨਾ ਹੀ ਰੱਖਣੀ ਆ ਤਾਂ ਫਿਰ ਲੋਕ ਕਦ ਤੱਕ ਮਰਦੇ ਰਹਿਣਗੇ, ਤਦ ਤੱਕ ਗੋਲੀਆਂ ਚੱਲਦੀਆਂ ਰਹਿਣਗੀਆਂ। ਇਹ ਬੜੇ ਗੰਭੀਰ ਮਸਲੇ ਆ, ਕੋਈ ਕਿਸੇ 'ਤੇ ਮੈਂ ਦੂਸ਼ਣਬਾਜ਼ੀ ਨਹੀਂ ਲਾ ਰਿਹਾ, ਮੈਂ ਜੋ ਰਿਐਲਿਟੀ ਆ ਗਰਾਊਂਡ ਜ਼ੀਰੋ 'ਤੇ ਉਹ ਦੱਸ ਰਿਹਾ ਕਿ ਲੋਕ ਅੱਜ ਬਹੁਤ ਦੁਖੀ ਆ। ਸਰ ਵਿਕਾਸ ਦੀ ਜਿਹੜੀ ਗੱਲਬਾਤ ਕਰ ਰਹੇ ਹਾਂ, ਵਿਕਾਸ ਦੇ ਇੱਧਰਲੇ ਬੰਨੇ ਕੱਲ੍ਹ ਚੰਨੀ ਸਾਹਿਬ ਆਏ, ਉਹਨਾਂ ਨੂੰ ਕਿਹਾ ਡਾਕਟਰ ਰਾਜ ਕੁਮਾਰ ਨੇ ਜੇ 15 ਤੋਂ 19 ਕਰੋੜ ਰੁਪਇਆ ਦਿੱਤਾ, ਔਰ 70 ਕਰੋੜ ਰੁਪਇਆ ਜਿਹੜਾ ਹੁਣ ਕਹਿੰਦੇ ਮੌਜੂਦਾ ਸਰਕਾਰ ਨੇ ਜਿਹੜਾ ਦਿੱਤਾ ਵਿਕਾਸ ਕਾਰਜਾਂ ਲਈ, ਕੀ ਲੱਗਦਾ ਵੀ ਫੀਲਡ ਦੇ ਵਿੱਚ ਉਹ ਲੱਗਾ ਚੱਬੇਵਾਲ ਏਰੀਆ ਦੇ ਵਿੱਚ? ਦੇਖੋ, ਅਸੀਂ ਤਾਂ ਜਦੋਂ ਸ਼ਾਮ ਨੂੰ ਜਾਂਦੇ ਹਾਂ ਨਾ,
ਕਈ ਵਾਰੀ ਸੌਣ ਲਈ ਵੀ ਗੋਲੀ ਖਾਣੀ ਪੈਂਦੀ ਹੈ, ਕਿਉਂਕਿ ਸੜਕਾਂ ਦਾ ਹਾਲ ਇੱਦਾਂ ਦਾ ਆ। ਹਰ ਪਾਸੇ ਕਿਹੜਾ ਲੋਕਾਂ ਦੇ ਵਿੱਚ ਹਾਹਾਕਾਰ ਵਾ, ਪੈਸਾ ਲੱਗਾ ਹੋਵੇ ਤਾਂ ਬੋਲਦਾ, ਮੂੰਹੋਂ ਬੋਲਦਾ ਹੁੰਦਾ। ਜੇ ਇੰਨਾ ਹੀ ਪੈਸਾ ਲੱਗਾ ਸੀਗਾ, ਇੰਨਾ ਵਿਕਾਸ ਕੀਤਾ ਸੀਗਾ ਡਾਕਟਰ ਰਾਜ ਕੁਮਾਰ ਨੇ, ਜਿਹਦਾ ਇੰਨਾ ਲੋੜ ਨਹੀਂ ਸੀ ਲੋਕਾਂ ਨੇ ਹਾਕਾ ਮਾਰਨ ਵੋਟਾਂ ਪਾਉਣੀਆਂ। ਇਹੀ ਇੱਕ ਵੱਡੀ ਗੱਲ ਹੁੰਦੀ ਹੈ। ਸੂਰ ਸਾਹਿਬ, ਤੁਸੀਂ ਵੀ ਇੱਥੇ ਪ੍ਰਚਾਰ ਲਈ ਪਹੁੰਚੇ ਹੋ, ਤੁਸੀਂ ਵੀ ਸਰਕਾਰ ਚ ਰਹੇ, ਅਕਾਲੀ ਦਲ ਜਾਂ ਭਾਜਪਾ ਦੀ ਸਰਕਾਰ ਵਿੱਚ ਸਰਕਾਰ ਜਿਹੜੀ ਇਹ ਕਰਜ਼ਾ ਲਈ ਜਾ ਰਹੀ ਹੈ, ਪਰ ਵਾਅਦੇ ਵੱਡੇ ਵੱਡੇ ਫਿਰ ਵੀ ਕਰੀ ਜਾ ਰਹੀ ਹੈ। ਕਰਜ਼ਾ ਲਵੇ ਕੋਈ ਨਹੀਂ, ਪਰ ਕਰਜ਼ਾ ਜਾਂਦਾ ਕਿੱਥੇ ਆ, ਸਵਾਲ ਤਾਂ ਇਹ ਆ ਸਿਰ ਨੇ। ਕਰਜ਼ਾ ਲਿਆ ਤਾਂ ਲੱਭਦੇ ਨੇ, ਕਿਤੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਦੀ, ਪੈਨਸ਼ਨਰਾਂ ਨੂੰ ਪੈਨਸ਼ਨ ਨਹੀਂ ਮਿਲਦੀ, ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ, ਕੋਈ ਇੰਡਸਟਰੀ ਨਹੀਂ ਆ ਰਹੀ, ਇਨਫਰਾਸਟ੍ਰਕਚਰ ਨਹੀਂ ਬਣ ਰਹੀ, ਉਹ ਕਰਜ਼ਾ ਜਾਂਦਾ ਕਿੱਥੇ ਆ। ਔਰ ਕੇਜਰੀਵਾਲ ਕਹਿੰਦਾ ਸੀ ਵੀ ਮੈਂ 54 ਕਰੋੜ ਰੁਪਈਆ ਪੈਦਾ ਕਰਨ ਦਾ ਇੰਤਜ਼ਾਮ ਕਰ ਚੁੱਕਾ, ਉਹ 54 ਕਰੋੜ ਕਿੱਥੇ ਕੇਜਰੀਵਾਲ ਖਾ ਗਿਆ। ਮਾਈਨਿੰਗ ਅੱਜ ਆਪ ਕਰ ਰਹੇ ਆ ਔਰ ਨਸ਼ੇ ਵਿਕ ਰਹੇ ਹੈਗੇ ਆ, ਕੋਈ ਵੀ ਵਾਅਦਾ ਪੂਰਾ ਇੱਕ ਤਾਂ ਕਰਨ ਨਾ, MSP ਦੇਵਾਂਗੇ ਅਸੀਂ ਸਾਰੀਆਂ ਫਸਲਾਂ ਤੇ, ਕਰਜ਼ੇ ਮਾਫ ਕਰਾਂਗੇ ਕਿਸਾਨਾਂ ਦੇ, ਕੁਛ ਲੱਭਦਾ। ਲੋਕੀ ਹੁਣ ਇਹ ਮਹਿਸੂਸ ਕਰਦੇ ਆ ਕਿ ਸਾਰਾ ਕੁਛ ਕਰਨਾ ਹੀ ਕੇਂਦਰ ਦੀ ਸਰਕਾਰ ਨੇ ਆ, ਪਿੰਡਾਂ ਦੀ ਡਿਵੈਲਪਮੈਂਟ ਲਈ ਸਾਰੇ ਫੰਡ ਉੱਥੋਂ ਆ ਰਹੇ ਆ, ਚਾਹੇ ਨਰੇਗਾ ਫਾਈਨਾਂਸ ਕਮਿਸ਼ਨ ਆ, ਇਲਾਜ ਕਰਾਉਣ ਲਈ ਆਯੁਸ਼ਮਾਨ ਉਹ ਬਣਾਵੇ, ਮਕਾਨ ਬਣਾ ਕੇ ਉਹ ਦੇਵੇ, ਟੋਇਲਟ ਬਣਾ ਕੇ ਉਹ ਦੇਵੇ, ਆਯੁਸ਼ਮਾਨ ਕਾਰਡ ਉਹ ਦੇਵੇ, ਇਹ ਸਾਰਾ ਕੁਛ ਸੈਂਟਰ ਨੇ ਕਰਨਾ, ਤਾਂ ਫਿਰ ਸੈਂਟਰ ਦੀ ਪਾਰਟੀ ਨੂੰ ਪੰਜਾਬ 'ਚ ਵੀ ਲਿਆਓ ਤਾਂ ਕਿ ਡਬਲ ਇੰਜਨ ਦੀ ਸਰਕਾਰ ਬਣੇ। ਖੈਰ ਸਰਕਾਰ ਨਹੀਂ ਬਣਨੀ, ਪਰ ਠੰਡਲ ਸਾਹਿਬ ਇੱਕ ਚੰਗੀ ਸ਼ੁਰੂਆਤ ਹੋਣਗੇ 27 ਦੇ ਜੋ ਦ੍ਰਿਸ਼ ਬਣਨੇ ਵਾਲਾ ਹੈ ਪੰਜਾਬ 'ਚ, ਇੱਥੇ ਦੀ ਜਿੱਤ ਜਿਹੜੀ ਆ ਉਹ 27 ਦਾ ਰਸਤਾ ਖੋਲੂਗੀ। ਔਰ ਇੱਦਾਂ ਹੀ ਹੁੰਦਾ ਹੁੰਦਾ ਇਲੈਕਸ਼ਨ, ਬਾਈ ਇਲੈਕਸ਼ਨ ਹੀ ਹਮੇਸ਼ਾ ਲੀਡ ਦਿੰਦੇ ਆ ਵੀ ਲੋਕਾਂ ਦਾ ਟ੍ਰੈਂਡ ਕੀ। ਅੱਜ ਲੋਕੀ ਦੁਖੀ ਆ ਇਸ ਆਮ ਆਦਮੀ ਪਾਰਟੀ ਸਰਕਾਰ ਤੋਂ, ਪਰ ਕਰ ਕੁਛ ਨਹੀਂ ਸਕਦੇ, 5 ਸਾਲ ਕੱਟਣੇ ਪੈਣੇ ਆ। ਨਹੀਂ, ਜਿਹੜੇ ਕਹਿੰਦੇ ਵੀ 1000 ਰੁਪਇਆ ਬੀਬੀਆਂ ਨੂੰ ਜਿਹੜੇ ਦੇਣੇ ਆ, ਉਹ ਕੱਲ ਡਾਕਟਰ ਸਾਹਿਬ ਸਪੀਚ ਦੇ ਰਹੇ ਸੀਗੇ ਵੀ ਉਹ ਹੁਣ 1000 ਨਹੀਂ 1100 ਰੁਪਇਆ ਕਰ ਦਿੱਤਾ, ਕਿਉਂਕਿ ਲੇਟ ਹੋ ਗਿਆ ਜੀ। ਦੇਖੋ ਜੀ, ਜਿਹੜਾ ਇਲੈਕਸ਼ਨ ਆਉਂਦਾ, ਜਿਹੜਾ ਵੀ ਇਲੈਕਸ਼ਨ ਬਾਈ ਇਲੈਕਸ਼ਨ ਆਇਆ ਇਸ ਦੌਰਾਨ, ਚਾਹੇ ਪਾਰਲੀਮੈਂਟ ਦਾ ਆਇਆ, ਇਹਨਾਂ ਨੇ ਇਹੀ ਹੋ ਕਿਹਾ ਵੀ ਅਸੀਂ ਦੇ ਦੇਣੇ ਆ। ਆ ਹੁਣ ਚੱਬਿਆਲ ਦਾ ਇਲੈਕਸ਼ਨ ਬੀਤ ਜਾਣਾ, ਤੁਸੀਂ ਇਹਨਾਂ ਨੇ ਬੋਲਣਾ ਵੀ ਨਹੀਂ ਹੈਗਾ, ਤੁਸੀਂ 1100 ਕਿਉਂ ਦਿੰਦੇ ਆ? ਮੈਂ ਕਹਿੰਦਾ 1100 ਨਾ ਦਿਓ, ਹੋਰ ਵੀ ਕੁਛ ਨਾ ਦਿਓ, ਬਕਾਈ ਦੇ ਦਿਓ ਜਿਹੜੇ ਮੰਨੇ ਵੇ, ਉਹੀ ਦੇ ਦਿਓ। ਇਹਦੇ 36-36 ਹਜ਼ਾਰ ਜਮ੍ਹਾਂ ਹੋਇਆ ਆ, ਕਾਹਨੂੰ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ, ਮੂਰਖ ਬਣਾਉਣ ਦੀ ਕੋਸ਼ਿਸ਼ ਕਰਦੇ, ਲੋਕੀ ਇੰਨੇ ਮੂਰਖ ਨਹੀਂ ਹੈਗੇ। ਹੁਣ ਏਦਾਂ ਨੀ ਝਾਸਿਆ ਜਾਣ ਵਾਲੇ, ਇੱਕ ਵਾਰੀ ਕਾਠ ਦੀ ਹੰਡੀ ਚੜ੍ਹਦੀ ਹੁੰਦੀ, ਬਾਰ ਬਾਰ ਨੀ ਚੜ੍ਹਦੀ। ਤੁਸੀਂ ਸੁਣਿਆ ਕਿ ਦੋਨੋਂ ਸਾਬਕਾ ਕੈਬਨਿਟ ਮੰਤਰੀ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕੀ ਰੰਗ ਲਾਉਂਦਾ ਹੈ, ਜਿਹੜੇ ਇੱਥੇ ਦੇ ਲੋਕ ਨੇ ਕਿਸਦੇ ਹੱਕ ਦੇ ਵਿੱਚ ਆਪਣਾ ਵੋਟ ਪੋਲ ਕਰਦੇ ਹੋ। ਹੁਸ਼ਿਆਰਪੁਰ ਤੋਂ ਸਹਿਯੋਗੀ ਦੀਪਕ ਦੇ ਨਾਲ ਮੈਂ ਸੁਨੀਲ ਆਗਾ, ਇੰਡੀਅਨ ਨਿਊਜ਼ ਪੰਜਾਬ।